ਜੀ ਮੈਂ ਦੱਸ ਰਿਹਾ ਥੋੜਾ ਸ਼ੋਅ ਵੇਖ ਰਿਹਾ ਸੀ ਆਪਣਾ ਹਾਂਜੀ ਤੇ ਬਹੁਤ ਉੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਮੈਨੂੰ ਆਹ ਜਿਹੜਾ 1905 ਜਿਹੜਾ ਆਪਣਾ ਨੰਬਰ ਆ ਮੈਂ ਕਾਲ ਕੀਤੀ ਹਾਂਜੀ ਮੇਰਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਮੈਂ ਉੱਥੇ 6 ਮਹੀਨੇ ਤੋਂ ਵੱਧ ਕਿਤੇ ਟਾਈਮ ਉੱਥੇ ਮੈਨੂੰ ਲੱਗ ਰਿਹਾ ਸੀਗਾ ਤੇ ਮੈਂ SSP ਆਫਿਸ ਗਿਆ ਹਾਂ ਹਾਂ ਤੇ ਉੱਥੇ ਮੈਨੂੰ ਉਹ ਅੜਚਨ ਵਗੈਰਾ ਕਰ ਰਹੇ ਸੀਗੇ ਤੇ ਮੈਨੂੰ ਫਿਰ ਤਾਂ ਧਿਆਨ ਆਇਆ ਇਸ ਗੱਲ ਦਾ ਤੇ ਮੈਂ ਉੱਥੇ ਆਪਣੀ ਸ਼ਿਕਾਇਤ ਦਰਜ ਕੀਤੀ 1905 ਤੇ ਓਕੇ ਤੇ ਉਹਨਾਂ ਨੇ ਮੇਰਾ ਮਤਲਬ ਪ੍ਰੋਪਰ ਸਾਰੀ ਜਾਣਕਾਰੀ ਲੈ ਕੇ ਸੈੱਲ ਫੋਨ ਨੰਬਰ ਲੈ ਕੇ ਤੇ ਪੂਰਾ ਮਤਲਬ ਫੋਲੋ ਅਪ ਕੀਤਾ ਮਤਲਬ 5-7 ਦਿਨਾਂ ਦੇ ਵਿੱਚ SSP ਆਫਿਸ ਤੇ ਉਹਨਾਂ ਨੇ ਗੱਲਬਾਤ ਕਰਕੇ ਮਤਲਬ ਮੈਨੂੰ ਪੂਰਾ ਸੈਟੀਸਫਾਈ ਕੀਤਾ ਜੀ ਸੋ ਤੁਹਾਨੂੰ ਫਿਰ ਵਾਪਸ ਦੱਸਿਆ ਵੀ ਉਹਨਾਂ ਨੇ ਵੀ ਆਹ ਤੁਹਾਡਾ ਮਸਲਾ ਹੱਲ ਹੋ ਗਿਆ ਮਸਲਾ ਹੱਲ ਜਦੋਂ ਮੈਂ ਉੱਥੇ ਗਿਆ ਉਹ ਮੇਰਾ ਜਿਹੜਾ ਸਾਰਾ ਉਹਨਾਂ ਨੇ ਸਟ੍ਰੀਮਲਾਈਨ ਕੀਤਾ ਉਹ ਕੰਸਰਨਡ ਬੰਦੇ ਨਾਲ ਗੱਲ ਕੀਤੀ ਉੱਥੇ ਮੋਹਾਲੀ SSP ਆਫਿਸ 'ਚ ਹਾਂਜੀ ਤੇ ਮਤਲਬ ਉਹ ਸਾਰਾ ਉਹਨਾਂ ਨੇ ਮਤਲਬ ਉਹ ਬਹੁਤ ਵਧੀਆ ਤਰੀਕੇ ਨਾਲ ਮੇਰਾ ਮਸਲਾ ਸੋਲਵ ਹੋਇਆ ਕਾਲ ਕਰਨ ਨਾਲ ਹੀ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਮਸਲੇ ਹੱਲ ਹੋਣ ਮੈਨੂੰ ਲੱਗਦਾ ਵਾ ਸੁਖਪ੍ਰੀਤ ਇਹ ਵੀ ਲੱਗ ਰਿਹਾ ਕਿ ਹੋ ਸਕਦਾ ਕੁਝ ਏਰੀਆਜ਼ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਰਿਸਪੌਂਸ ਸ਼ਾਇਦ ਚੰਗਾ ਹੋਵੇ ਜਿਵੇਂ ਤੁਸੀਂ ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਆ ਹੁਣ ਇਹ ਪਤਾ ਨਹੀਂ ਵੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਾਇਦ ਇਸੇ ਤਰ੍ਹਾਂ ਦੀ ਲੋਕਾਂ ਨੂੰ ਸਹੂਲਤ ਜਿਹੜੀ ਆ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਪ੍ਰੋਬਲਮਸ ਗ੍ਰੀਵੈਂਸ ਜਿਹੜੀਆਂ ਰਿਡਰੈਸ ਹੋ ਰਹੀਆਂ ਜੇ ਹੋ ਰਹੀਆਂ ਤਾਂ ਬਹੁਤ ਅੱਛੀ ਗੱਲ ਆ ਇਹਦਾ ਮਤਲਬ ਹੈ ਸਕੀਮ ਕੁਝ ਹੱਦ ਤੱਕ ਜ਼ਰੂਰ ਕਾਮਯਾਬ ਹੈ